ਬਰਗਾੜੀ ਕਾਂਡ ਦੇ ਬਾਰੇ ਸੱਚ ਮੁੜ ਤੋਂ ਆਉਂਦੇ ਆਉਂਦੇ ਰੁਕਿਆ। ਜੋ ਸਿਲਸਿਲਾ 3 ਸਾਲ ਪਹਿਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਸ਼ੁਰੂ ਹੋਇਆ ਸੀ, ਉਸਦਾ ਅੰਤ 2 ਸਿੰਘਾਂ ਦੇ ਕਤਲ ਤੋਂ ਹੋਇਆ। ਉਹ ਕਤਲ ਜੋ ਪੰਜਾਬ ਪੁਲਿਸ ਦੀ ਗੋਲੀ ਦੇ ਹੋਇਆ ਸੀ, ਉਹ ਕਤਲ ਜੋ ਪੰਜਾਬ ਪੁਲਿਸ ਦੀ ਗੋਲੀ ਉਹਨਾਂ ਸਿੰਘਾਂ 'ਤੇ ਚੱਲੀ ਸੀ ਜੋ ਸ਼ਾਂਤੀਮਈ ਢੰਗ ਨਾਲ ਨਿਹੱਥੇ ਵਿਰੋਧ ਕਰ ਰਹੇ ਸਨ। ਜਨਰਲ ਡਾਇਰ ਨੇ ਵੀ ਇੱਕ ਵਾਰ ਜਲਿਆਂਵਾਲੇ ਬਾਗ ਵਿੱਚ ਗੋਲੀਆਂ ਚਲਾਈਆਂ ਸੀ, ਪਰ ਉਸ ਵਕਤ ਭਾਰਤ ਅੰਗਰੇਜ਼ਾਂ ਦਾ ਗੁਲਾਮ ਸੀ। ਇਹ ਗੋਲੀਆਂ ਉਸ ਵਕਤ ਚੱਲੀਆਂ ਜਦ ਪੰਜਾਬ ਵਿੱਚ ਇੱਕ ਪੰਥਕ ਪਾਰਟੀ ਅਕਾਲੀ ਦਲ ਸੂਬੇ 'ਤੇ ਰਾਜ ਕਰ ਰਹੀ ਸੀ। ਇਸ ਹਾਦਸੇ ਨੇ ਪੰਜਾਬ ਨੂੰ ਬਹੁਤ ਦੁੱਖ ਦਿੱਤਾ ਅਤੇ ਇਸ ਦਾ ਅਸਰ ਅਕਾਲੀ ਦਲ ਨੂੰ ਆਪ ਭੁਗਤਣਾ ਪਿਆ, ਕਿਉਂਕਿ ਉਹਨਾਂ ਨੇ ਵੇਖਿਆ ਕਿਸ ਤਰ੍ਹਾਂ ਚੋਣਾਂ ਵਿੱਚ ਲੋਕ ਉਹਨਾਂ ਤੋਂ ਪਿੱਛੇ ਹਟ ਗਏ। ਇਸ 'ਤੇ ਬੜੀਆਂ ਜਾਂਚਾਂ ਬੈਠ ਚੁੱਕੀਆਂ ਹਨ, ਕੁਛ ਲਿਖਿਆ ਜਾ ਚੁੱਕਿਆ ਹੈ, ਪਰ ਸੱਚ ਅਜੇ ਵੀ ਸਾਹਮਣੇ ਨਹੀਂ ਆ ਰਿਹਾ। ਇੱਕ ਸਰਕਾਰੀ ਜਾਂਚ ਸੀ ਜਿਸ ਤੋਂ ਕਿਸੇ ਨੂੰ ਸੰਤੁਸ਼ਟੀ ਨਹੀਂ ਹੋਈ, ਲੋਕਾਂ ਵੱਲੋਂ ਜਾਂਚ ਜਸਟਿਸ ਕਾਟਿਊ ਦੇ ਹੇਠ ਸ਼ੁਰੂ ਹੋਈ। ਹੁਣ ਨਵੀਂ ਕਾਂਗਰਸ ਸਰਕਾਰ ਨੇ ਜਸਟਿਸ ਰਣਜੀਤ ਸਿੰਘ ਹੇਠ ਜਾਂਚ ਸ਼ੁਰੂ ਕੀਤੀ, ਜਿਸ ਨੇ ਉਹੀਓ ਗੱਲਾਂ ਕੀਤੀਆਂ ਜੋ ਕਿਸੇ ਵਕਤ ਜਸਟਿਸ ਕਾਟਿਊ ਦੀ ਕਮੇਟੀ ਨੇ ਕੀਤੀਆਂ ਸੀ। ਪਰ ਜਦ ਜਸਟਿਸ ਰਣਜੀਤ ਸਿੰਘ ਕੋਲ ਜੋ ਤਾਕਤ ਸੀ, ਜਿਸ ਤਰ੍ਹਾਂ ਉਹ ਜਾਂਚ ਕਰਦੇ ਸਨ, ਇਹੋ ਜਿਹੇ ਤੱਤ ਸਾਹਮਣੇ ਆਏ ਜਿਸ ਨਾਲ ਕਾਂਗਰਸ ਸਰਕਾਰ ਪਿੱਛੇ ਹਟ ਗਈ। ਜਸਟਿਸ ਰਣਜੀਤ ਸਿੰਘ ਦੀ ਕਮੇਟੀ ਉਸ 'ਤੇ ਇੱਕ ਤਾਂ ਉਹਨਾਂ ਨੇ ਜੋ ਇਸ ਬੇਅਦਬੀ ਦਾ ਸੱਚ ਸਾਹਮਣੇ ਲਿਆ ਹੈ ਉਹ ਅਜੇ ਤੱਕ ਸੁਲਝਾ ਨਹੀਂ ਪਾਇਆ ਸੀ। ਉਹਨਾਂ ਨੇ ਇਹ ਪੇਸ਼ ਕੀਤਾ ਕਿ ਇਸ ਬੇਅਦਬੀ ਦੇ ਪਿੱਛੇ ਡੇਰਾ ਸਿਰਸਾ ਦੇ ਡੇਰਾ ਪ੍ਰੇਮੀਆਂ ਦਾ ਹੱਥ ਸੀ, ਉਹਨਾਂ ਦੀ ਸਾਜਿਸ਼ ਸੀ। ਪਰ ਜੋ ਉਹਨਾਂ ਨੇ ਅੱਗੇ ਗੱਲਾਂ ਕੀਤੀਆਂ ਉਸ ਨਾਲ ਕਾਂਗਰਸ ਪਿੱਛੇ ਹਟ ਗਈ ਹੈ। ਕਿੱਥੇ ਕਾਂਗਰਸ ਨੂੰ ਲੱਗਿਆ ਕਿ ਇਸ ਨਾਲ ਇੱਕ ਨਿੱਜੀ ਰੰਜਿਸ਼ਾਂ ਦਾ ਮੁੜ ਤੋਂ ਸਿਲਸਿਲਾ ਸ਼ੁਰੂ ਹੋ ਜਾਏਗਾ ਅਤੇ ਉਹ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਸੀ। ਦੂਜੀ ਗੱਲ ਇਹ ਵੀ ਹੈ, ਜੋ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਸੱਚ ਸਾਹਮਣੇ ਪੇਸ਼ ਕੀਤੇ ਹਨ, ਉਹਨਾਂ ਨਾਲ ਇਹ ਨਜ਼ਰ ਆਉਂਦਾ ਹੈ ਕਿ ਇਸ ਵਿੱਚ ਸਿੱਖ ਧਾਰਮਿਕ ਅਤੇ ਸਿਆਸੀ ਆਗੂਆਂ ਦੀ ਮਿਲੀ ਭੁਗਤ ਸੀ ਅਤੇ ਕਾਂਗਰਸ ਦੀ ਪ੍ਰਥਾ ਰਹੀ ਹੈ ਕਿ ਉਹ ਸਿੱਖ ਕੌਮ ਦੇ ਮਸਲਿਆਂ ਵਿੱਚ ਦਖਲ ਅੰਦਾਜ਼ੀ ਨਹੀਂ ਕਰਦੇ, ਸੋ ਇਸ ਕਰਕੇ ਵੀ ਸ਼ਾਇਦ ਉਹ ਪਿੱਛੇ ਹੋਏ ਹੋਣ। ਅਤੇ ਇਸ ਜਾਂਚ ਨੂੰ CBI ਨੂੰ ਦੇ ਦਿੱਤਾ ਗਿਆ ਹੈ। ਜੋ ਇਸ ਨਾਲ ਜੋ ਸਾਹਮਣੇ ਤੱਥ ਆਉਂਦੇ ਹਨ, ਇੱਕ ਤਾਂ ਡੇਰਾ ਪ੍ਰੇਮੀਆਂ ਵੱਲੋਂ ਸਾਜਿਸ਼ ਸੀ, ਦੂਜਾ ਉਹਨਾਂ ਵੱਲੋਂ ਇਹ ਕਿਹਾ ਗਿਆ ਹੈ ਕਿ ਜੋ ਡੇਰਾ ਸਿਰਸਾ ਦੇ ਜੋ ਬਾਬੇ ਸਨ ਰਾਮ ਰਹੀਮ, ਉਹਨਾਂ ਨੂੰ ਜੋ ਅਕਾਲ ਤਖ਼ਤ ਤੋਂ ਮਾਫ਼ੀ ਦਿੱਤੀ ਗਈ ਸੀ, ਉਹ ਵੀ ਇਸ ਨਾਲ ਕੜੀ ਜੁੜਦੀ ਹੈ ਅਤੇ ਉਸ ਦੇ ਪਿੱਛੇ ਬਾਦਲ ਪਰਿਵਾਰ ਦਾ ਹੱਥ ਹੈ। ਯਾਨੀ ਇਸ ਤੋਂ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਚੋਣਾਂ ਜਿੱਤਣ ਦੇ ਵਾਸਤੇ ਮਾਫ਼ੀ ਤਾਂ ਦਿੱਤੀ ਗਈ, ਪਰ ਸ਼ਾਇਦ ਇਹ ਸਾਜਿਸ਼ ਵੀ ਘੜੀ ਕਿ ਪੰਜਾਬ ਵਿੱਚ ਇੱਕ ਡਰ ਦਾ ਮਾਹੌਲ ਬਣ ਜਾਏ। ਕੁਛ ਹੋਰ ਚੀਜ਼ਾਂ ਜੋ ਸਾਹਮਣੇ ਆਈਆਂ ਹਨ ਕਿ ਜਦ ਫਰੀਦਕੋਟ ਦੀ ਜੋ ਲੋਕਲ ਐਡਮਿਨਿਸਟ੍ਰੇਸ਼ਨ ਹੈ, ਉਹਨਾਂ ਨੇ ਪੰਜਾਬ ਪੁਲਿਸ ਨੂੰ ਮਨਾ ਕੀਤਾ ਕਿ ਉਹ ਇੱਥੇ ਉਹਨਾਂ ਦੀ ਕੋਈ ਜ਼ਰੂਰਤ ਨਹੀਂ ਹੈ, ਇਸ ਦੇ ਬਾਵਜੂਦ ਉਹਨਾਂ ਵੱਲੋਂ ਲਾਠੀਚਾਰਜ ਹੋਇਆ, ਗੋਲੀ ਚਲਾਈ ਗਈ। ਇਸ ਹਾਦਸੇ ਤੋਂ ਕੁਛ ਘੰਟਿਆਂ ਪਹਿਲੇ DGP ਸੁਮੇਧ ਸੈਣੀ ਅਤੇ ਉਸ ਵਕਤ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਹੋਈ ਹੈ। ਯਾਨੀ ਇਹ ਮਸਲਾ ਦੋਨਾਂ ਵਿੱਚ ਜ਼ਰੂਰ ਇਸ 'ਤੇ ਗੱਲ ਹੋਈ ਹੋਣੀ ਹੈ। DGP ਸੈਣੀ ਨੂੰ ਹਾਮੀ ਮਿਲੀ ਹੈ। DGP ਸੈਣੀ ਉੱਤੇ ਪੰਜਾਬ ਦੇ ਨੌਜਵਾਨਾਂ ਦੇ ਖੂਨ ਦੇ ਦਾਗ ਪਹਿਲੇ ਤੋਂ ਹੀ ਸਨ, ਤਾਂ ਇਹ ਬੜੀ ਅਜੀਬ ਗੱਲ ਸੀ ਕਿ DGP ਸੈਣੀ ਨੂੰ ਇੱਕ ਨੀਲੀ ਪੱਗਾਂ ਵਾਲੀ ਸਰਕਾਰ ਨੇ ਪੰਜਾਬ ਦੀ ਸੁਰੱਖਿਆ ਦਾ ਮੁਖੀ ਬਣਾਇਆ ਹੈ। ਅਤੇ ਉਸ ਤੋਂ ਬਾਅਦ ਇਹ ਹਾਦਸਾ ਹੋਰ ਵੀ ਬੜੇ ਸਵਾਲ ਚੁੱਕਦਾ ਹੈ। ਜਦ ਇਹ ਸੱਚ ਟਟੋਲਣ ਦੀ ਕੋਸ਼ਿਸ਼ ਕਰਾਂਗੇ ਤਾਂ ਸਿੱਖ ਕੌਮ ਲਈ ਬੜਾ ਦੁਖਦਾਇਕ ਘੜੀ ਹੈ, ਕਿਉਂਕਿ ਇਹ ਕਬੂਲ ਕਰਨਾ ਕਿ ਸਾਡੇ ਧਾਰਮਿਕ ਅਤੇ ਸਿਆਸਤ ਇਸ ਤਰ੍ਹਾਂ ਮਿਲ ਚੁੱਕੇ ਹਨ ਕਿ ਉਹ ਸਿੱਖ ਅਹਿਸਾਸਾਂ ਨਾਲ ਖਿਲਵਾੜ ਕਰਨ ਬਾਰੇ ਦੂਜੀ ਪਤਨੀ ਸੋਚਦੇ, ਸਿਰਫ ਵੋਟਾਂ ਜਿੱਤਣ ਲਈ ਧਰਮ ਨੂੰ ਵੀ ਇਸਤੇਮਾਲ ਕਰ ਸਕਦੇ ਹਨ। ਕਾਂਗਰਸ ਨੇ ਆਪਣੇ ਆਪ ਨੂੰ ਬਚਾਉਂਦੇ ਹੋਏ ਇਸ ਨੂੰ CBI ਨੂੰ ਪਕੜਾ ਦਿੱਤਾ ਹੈ। CBI ਸ਼ੁਰੂ ਤੋਂ ਹੀ ਵਾਰ ਵਾਰ ਵੇਖਿਆ ਹੈ ਸਰਕਾਰੀ ਤੋਤਾ ਬਣ ਕੇ ਰਹਿ ਗਈ ਹੈ, ਪਰ ਇੱਥੇ ਅੱਜ ਪੈਰਵੀ ਪੰਜਾਬ ਦੇ ਲੋਕਾਂ ਨੂੰ, ਸਿੱਖਾਂ ਨੂੰ ਦੇਣੀ ਪਏਗੀ, ਕਿਉਂਕਿ ਜਦ ਤੱਕ ਇਹ ਸੱਚ ਸਾਹਮਣੇ ਨਹੀਂ ਆਏਗਾ ਕਿ ਇਸ ਮਾਮਲੇ ਵਿੱਚ ਕਿਸ ਤਰ੍ਹਾਂ ਸਿਆਸਤ ਅਤੇ ਧਾਰਮਿਕ ਆਗੂਆਂ ਨੇ ਕਿਸ ਤਰ੍ਹਾਂ ਖਿਲਵਾੜ ਕੀਤਾ ਹੈ, ਔਰ ਜੇ ਨਹੀਂ ਵੀ ਕੀਤਾ ਉਹ ਸੱਚ ਆਉਣਾ ਵੀ ਜ਼ਰੂਰੀ ਹੈ, ਕਿਉਂਕਿ ਇਹ ਸ਼ੱਕ ਦੇ ਜੋ ਬੀਜ ਸਾਡੇ ਵਿੱਚ ਆ ਗਏ ਹਨ ਉਹ ਮਨਾਂ ਵਿੱਚ ਬਹੁਤ ਕਰਵਾਹਟ ਛੱਡਣਗੇ। ਸੋ ਸੱਚ ਭਾਵੇਂ ਅਕਾਲੀ ਦਲ ਦੇ ਹੱਕ ਵਿੱਚ ਹੈ, ਭਾਵੇਂ ਉਹਨਾਂ ਦੇ ਖਿਲਾਫ ਹੈ, ਉਸਦਾ
ਠੀਕ ਤਰ੍ਹਾਂ ਵਾਪਸ ਸਭ ਦੇ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ। ਸੋ ਸੱਚ ਭਾਵੇਂ ਉਹ ਅਕਾਲੀ ਦਲ ਦੇ ਹੱਕ ਵਿੱਚ ਜਾਂਦਾ ਹੈ, ਭਾਵੇਂ ਉਹ ਅਕਾਲੀ ਦਲ ਦੇ ਖਿਲਾਫ ਜਾਂਦਾ ਹੈ, ਸੱਚ ਬਿਲਕੁਲ ਸਾਫ ਸੱਚ ਉਸ ਨੂੰ ਜਿਵੇਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਜਿਸ ਤੱਥਾਂ ਦੇ ਹਿਸਾਬ ਨਾਲ ਸਾਡੇ ਸਾਹਮਣੇ ਪੇਸ਼ ਕੀਤਾ ਹੈ, ਉਸ ਨੂੰ ਸਿੱਖ ਪੈਰਵੀ ਨਾਲ, ਸਿੱਖ ਕੌਮ ਦੀ ਪੈਰਵੀ ਨਾਲ, ਪੰਜਾਬੀ ਲੋਕਾਂ ਦੀ ਪੈਰਵੀ ਨਾਲ ਹੀ ਅੱਗੇ ਲਿਆ। ਸੱਚ ਭਾਵੇਂ ਕਿੰਨਾ ਵੀ ਕਾਲਾ ਹੋਵੇ, ਭਾਵੇਂ ਉਹ ਅਕਾਲੀ ਦਲ ਦੇ ਖਿਲਾਫ ਜਾਏ, ਭਾਵੇਂ ਉਹ ਅਕਾਲੀ ਦਲ ਦੇ ਹੱਕ ਵਿੱਚ ਜਾਏ, ਉਸ ਦਾ ਸਾਹਮਣੇ ਆਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਜੋ ਬੀਜ ਸਾਡੇ ਮਨਾਂ ਵਿੱਚ ਬੋਏ ਗਏ ਹਨ ਉਹਨਾਂ ਦਾ ਕੱਢਿਆ ਜਾਣਾ ਬਹੁਤ ਜ਼ਰੂਰੀ ਹੈ। ਸਾਨੂੰ ਆਪਣੀ ਸਿਆਸਤ 'ਤੇ ਵਿਸ਼ਵਾਸ ਕਰਨਾ, ਸਾਨੂੰ ਆਪਣੇ ਧਾਰਮਿਕ ਆਗੂਆਂ 'ਤੇ ਵਿਸ਼ਵਾਸ ਕਰਨਾ, ਉਹਨਾਂ ਦੀ ਦੇਈ ਹੋਈ ਜ਼ਿੰਮੇਵਾਰੀ 'ਤੇ ਉਹਨਾਂ ਤੱਕ ਖਰੇ ਉਤਰਨਾ ਬਹੁਤ ਜ਼ਰੂਰੀ ਹੈ। ਅਤੇ ਇਸ ਵਾਲੇ ਵਾਸਤੇ ਸਿਰਫ CBI ਉੱਤੇ ਅੱਜ ਪੰਜਾਬ ਦੇ ਲੋਕ ਹੀ ਦਬਾਅ ਪਾ ਸਕਦੇ ਹਨ ਤਾਂ ਕਿ ਉਹ ਸੱਚ ਨੂੰ ਛੁਪਾਉਣ ਨਾ ਔਰ ਸੱਚ ਸਾਡੇ ਸਾਹਮਣੇ ਲੈ ਕੇ ਆਉਣ।